ਸਤਿ ਸ਼੍ਰੀ ਅਕਾਲ ਮੈਂ ਡਾਕਟਰ ਦੀਪਿੰਦਰ ਕੌਰ ਮੈਡੀਕਲ ਅਫਸਰ ਰਾਜ ਵਿੱਚ ਸਥਾਪਿਤ ਕੋਵਿਡ ਕੰਟਰੋਲ ਰੂਮ ਦੀ ਮੈਂਬਰ ਹਾਂ ਅੱਜ ਕੋਰੋਨਾ ਸੰਬੰਧੀ ਜਾਣਕਾਰੀ ਤੁਹਾਡੇ ਨਾਲ ਸਾਂਝੇ ਕਰਦੇ ਹੋਏ 128 ਦਿਨ ਹੋ ਚੁੱਕੇ ਹਨ ਵਿਸ਼ਵ ਭਰ ਵਿੱਚ ਇਸ ਮਹਾਮਾਰੀ ਨੇ 1,66,74,043 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਅਤੇ 6,57,276 ਲੋਕਾਂ ਦੀ ਮੌਤ ਦਾ ਕਾਰਨ ਬਣਿਆ ਹੈ ਪਰ 1,02,64,480 ਲੋਕ ਠੀਕ ਵੀ ਹੋ ਚੁੱਕੇ ਹਨ ਭਾਰਤ ਵਿੱਚ ਇਸ ਮਹਾਮਾਰੀ ਨੇ 14,84,136 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਜਿਸ ਵਿੱਚ 33,461 ਮੌਤਾਂ ਸ਼ਾਮਿਲ ਹਨ ਪਰ ਲਗਭਗ 9,54,004 ਲੋਕ ਇਸ ਮਹਾਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਸੂਬੇ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਰਾਜ ਸਰਕਾਰ ਵੱਧ ਤੋਂ ਵੱਧ ਸ਼ੱਕੀ ਨਮੂਨਿਆਂ ਦੀ ਜਾਂਚ ਕਰ ਰਹੀ ਹੈ ਅਤੇ ਇਸ ਸੰਬੰਧ ਵਿੱਚ ਰਾਜ ਸਰਕਾਰ ਨੇ ਟੈਸਟ ਲਈ 5,50,267 ਨਮੂਨੇ ਲੈਬ ਵਿੱਚ ਭੇਜੇ ਹਨ ਜਿਨ੍ਹਾਂ ਵਿੱਚੋਂ ਅੱਜ ਤੱਕ 14,378 ਨਮੂਨੇ ਪਾਜ਼ੀਟਿਵ ਪਾਏ ਗਏ ਹਨ ਜੋ ਕਿ ਕੱਲ੍ਹ ਦੀ ਗਿਣਤੀ ਨਾਲੋਂ 612 ਵੱਧ ਹਨ ਬਦਕਿਸਮਤੀ ਨਾਲ ਹੁਣ ਤੱਕ ਰਾਜ ਵਿੱਚ 336 ਲੋਕਾਂ ਦੀ ਮੌਤ ਹੋ ਚੁੱਕੀ ਹੈ 14 ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹਨ ਅਤੇ 112 ਮਰੀਜ਼ ਆਕਸੀਜਨ ਸਪੋਰਟ 'ਤੇ ਹਨ ਪਰ 9,752 ਲੋਕ ਇਸ ਮਹਾਂਮਾਰੀ ਨੂੰ ਹਰਾ ਕੇ ਅਤੇ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਜਾ ਚੁੱਕੇ ਹਨ ਹੁਣ ਪੰਜਾਬ ਵਿੱਚ ਐਕਟਿਵ ਕੇਸਾਂ ਦੀ ਗਿਣਤੀ 4,290 ਹੈ ਅੱਜ 28 ਜੁਲਾਈ ਨੂੰ ਰਾਜ ਦੇ ਮਾਨਯੋਗ ਮੁੱਖ ਮੰਤਰੀ ਜੀ ਦੇ ਯੋਗ ਅਗਵਾਈ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੀ ਦੇ ਯੋਗ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ਵ ਹੈਪੇਟਾਈਟਿਸ ਦਿਵਸ ਮਨਾਇਆ ਜਾ ਰਿਹਾ ਹੈ ਵਾਇਰਲ ਹੈਪੇਟਾਈਟਿਸ ਜਿਗਰ ਦੀ ਸੋਜ ਹੈ ਜੋ ਵਾਇਰਲ ਇਨਫੈਕਸ਼ਨ ਕਾਰਨ ਹੁੰਦੀ ਹੈ ਹੈਪੇਟਾਈਟਿਸ ਏ ਅਤੇ ਈ ਦੂਸ਼ਿਤ ਪਾਣੀ ਜਾਂ ਖਾਣੀ ਦੀ ਵਰਤੋਂ ਨਾਲ ਹੁੰਦਾ ਹੈ ਹੈਪੇਟਾਈਟਿਸ ਬੀ ਅਤੇ ਸੀ ਦੂਸ਼ਿਤ ਖੂਨ ਵਾਲੇ ਉਤਪਾਦਾਂ ਅਤੇ ਦੂਸ਼ਿਤ ਸੂਈਆਂ ਦੀ ਵਰਤੋਂ ਨਾਲ ਟੈਟੂ ਬਣਾਉਣ ਨਾਲ ਜਨਮ ਸਮੇਂ ਮਾਂ ਤੋਂ ਬੱਚੇ ਨੂੰ ਅਤੇ ਅਸੁਰੱਖਿਅਤ ਸਰੀਰਕ ਸੰਪਰਕ ਨਾਲ ਹੁੰਦਾ ਹੈ ਇਸ ਬਿਮਾਰੀ ਦੇ ਲੱਛਣ ਬੁਖਾਰ ਥਕਾਵਟ ਭੁੱਖ ਦੀ ਕਮੀ ਜੀ ਕੱਚਾ ਹੋਣਾ ਉਲਟੀਆਂ ਗਾੜੇ ਰੰਗ ਦਾ ਪਿਸ਼ਾਬ ਹਲਕੇ ਰੰਗ ਦਾ ਮਲ ਅਤੇ ਪੀਲੀਆ ਹੈਪੇਟਾਈਟਿਸ ਦੀ ਰੋਕਥਾਮ ਲਈ ਸਾਰੇ ਨਵ ਜੰਮੇ ਬੱਚਿਆਂ ਦਾ ਹੈਪੇਟਾਈਟਿਸ ਬੀ ਟੀਕਾਕਰਨ ਕਰਵਾਓ ਹਮੇਸ਼ਾ ਸਟਰਲਾਈਜ਼ ਸੂਈਆਂ ਦੀ ਵਰਤੋਂ ਕਰੋ ਸੂਈਆਂ ਅਤੇ ਦੰਦਾਂ ਦਾ ਬੁਰਸ਼ ਆਦਿ ਇੱਕ ਦੂਸਰੇ ਨਾਲ ਸਾਂਝਾ ਨਾ ਕਰੋ ਸੁਰੱਖਿਅਤ ਖੂਨ ਅਤੇ ਖੂਨ ਉਤਪਾਦਾਂ ਦੀ ਵਰਤੋਂ ਕਰੋ ਟੈਟੂ ਬਣਾਉਣ ਲਈ ਸਟਰਲਾਈਜ਼ ਸੂਈਆਂ ਦੀ ਵਰਤੋਂ ਕਰੋ ਅਸੁਰੱਖਿਅਤ ਸਰੀਰਕ ਸੰਪਰਕ ਤੋਂ ਪਰਹੇਜ਼ ਕਰੋ ਪੰਜਾਬ ਸਰਕਾਰ ਦੁਆਰਾ ਹੈਪੇਟਾਈਟਿਸ ਦੀ ਮੁਫ਼ਤ ਜਾਂਚ ਅਤੇ ਮੁਫ਼ਤ ਇਲਾਜ ਲਈ ਲੋਕਾਂ ਨੂੰ ਅਨੇਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿਵੇਂ ਕਿ ਨੈਸ਼ਨਲ ਵਾਇਰਲ ਹੈਪੇਟਾਈਟਿਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਿਸ ਬੀ ਅਤੇ ਸੀ ਦੀ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ 22 ਜ਼ਿਲ੍ਹਾ ਹਸਪਤਾਲਾਂ 3 ਸਰਕਾਰੀ ਮੈਡੀਕਲ ਕਾਲਜਾਂ 2 ਸਬ ਡਿਵੀਜ਼ਨਲ ਹਸਪਤਾਲਾਂ 13 ART ਕੇਂਦਰਾਂ ਅਤੇ 11 OST ਕੇਂਦਰਾਂ 'ਤੇ ਉਪਲਬਧ ਹਨ ਪੰਜਾਬ ਭਾਰਤ ਦਾ ਪਹਿਲਾ ਰਾਜ ਸੀ ਜਿਸ ਨੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹੈਪੇਟਾਈਟਿਸ ਸੀ ਦਾ ਇਲਾਜ ਸ਼ੁਰੂ ਕੀਤਾ ਸੀ ਹੁਣ ਪੰਜਾਬ HIV ਨਾਲ ਪੀੜਤ ਲੋਕਾਂ ਦਾ ਹੈਪੇਟਾਈਟਿਸ ਸੀ ਟੈਸਟਿੰਗ ਅਤੇ ਇਲਾਜ ਸ਼ੁਰੂ ਕਰਨ ਵਾਲਾ ਵੀ ਪਹਿਲਾ ਰਾਜ ਬਣ ਗਿਆ ਹੈ ਰਾਜ ਵਿੱਚ 93% ਹੈਪੇਟਾਈਟਿਸ ਦੀ ਇਲਾਜ ਦਰ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਹੈਪੇਟਾਈਟਿਸ ਸੀ ਦੇ ਮੁਫ਼ਤ ਇਲਾਜ ਲਈ 35 ਹੋਰ ਇਲਾਜ ਕੇਂਦਰਾਂ ਨੂੰ ਚਾਲੂ ਕਰਨ ਦਾ ਫੈਸਲਾ ਲਿਆ ਹੈ ਇਹ ਪ੍ਰੋਗਰਾਮ 25 ਇਲਾਜ ਕੇਂਦਰਾਂ ਨਾਲ ਆਰੰਭ ਹੋਇਆ ਸੀ ਅਤੇ ਹੁਣ 2020 ਵਿੱਚ ਪੰਜਾਬ ਰਾਜ ਨੇ ਇਲਾਜ ਕੇਂਦਰਾਂ ਨੂੰ ਵਧਾ ਕੇ 60 ਕਰ ਦਿੱਤਾ ਹੈ ਪਿਛਲੇ ਸਾਲ ਵਿਸ਼ਵ ਹੈਪੇਟਾਈਟਿਸ ਦਿਵਸ ਮੌਕੇ ਪੰਜਾਬ ਸਰਕਾਰ ਦੁਆਰਾ ਜੇਲ੍ਹਾਂ ਵਿੱਚ ਹੈਪੇਟਾਈਟਿਸ ਸੀ ਦੇ ਮੁਫ਼ਤ ਇਲਾਜ ਦੀ ਸ਼ੁਰੂਆਤ ਕੀਤੀ ਗਈ ਸੀ ਜਿੱਥੇ ਕੈਦੀਆਂ ਦੀ ਜਾਂਚ ਜੇਲ੍ਹਾਂ ਦੇ ਅੰਦਰ ਕੀਤੀ ਜਾਂਦੀ ਹੈ ਅਤੇ ਜੇਲ੍ਹਾਂ ਵਿੱਚ ਇਲਾਜ ਕੀਤਾ ਜਾਂਦਾ ਹੈ ਇਸ ਸਾਲ ਹੈਪੇਟਾਈਟਿਸ ਬੀ ਨਾਲ ਸੰਕ੍ਰਮਿਤ ਗਰਭਵਤੀ ਔਰਤਾਂ ਦੀ ਜਾਂਚ ਅਤੇ ਹੈਪੇਟਾਈਟਿਸ ਬੀ ਸੰਕ੍ਰਮਿਤ ਮਾਵਾਂ ਤੋਂ ਪੈਦਾ ਹੋਏ ਬੱਚਿਆਂ ਵਿੱਚ ਹੈਪੇਟਾਈਟਿਸ ਬੀ ਇਮਿਊਨੋਗਲੋਬਲਿਨ ਜਾਂਚ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਰਾਜ ਸਰਕਾਰ ਹੈਪੇਟਾਈਟਿਸ ਸੀ ਨਾਲ ਜੁੜੇ ਰਿਸਕ ਫੈਕਟਰ ਨੂੰ ਸਮਝਣ ਲਈ PGI ਅਤੇ CHAI ਦੇ ਸਹਿਯੋਗ ਨਾਲ ਇੱਕ ਖੋਜ ਪ੍ਰੋਜੈਕਟ ਵੀ ਸ਼ੁਰੂ ਕਰਨ ਜਾ ਰਿਹਾ ਹੈ ਇਹ ਪੰਜਾਬ ਰਾਜ ਤੋਂ ਹੈਪੇਟਾਈਟਿਸ ਸੀ ਦੇ ਖਾਤਮੇ ਵੱਲ ਤੇਜ਼ੀ ਨਾਲ ਅੱਗੇ ਵਧਣ ਵਿੱਚ ਇੱਕ ਸਾਡੀ ਸਹਾਇਤਾ ਕਰੇਗਾ ਪੰਜਾਬ ਸਰਕਾਰ ਹੈਪੇਟਾਈਟਿਸ ਮੁਕਤ ਭਵਿੱਖ ਲਈ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ ਅੰਤ ਵਿੱਚ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਸਾਰੇ ਸੁਰੱਖਿਆ ਪ੍ਰੋਟੋਕਾਲਜ਼ ਦੀ ਸਖਤੀ ਨਾਲ ਪਾਲਣਾ ਕਰੋ ਤਾਂ ਜੋ ਇਸ ਮਹਾਂਮਾਰੀ ਤੋਂ ਛੇਤੀ ਤੋਂ ਛੇਤੀ ਜਿੱਤ ਪਾਈ ਜਾ ਸਕੇ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਈਏ ਅਤੇ ਹਰ ਪੰਜਾਬੀ ਦੀ ਜਾਨ ਬਚਾਈਏ ਸੁਰੱਖਿਅਤ ਰਹੋ ਸਿਹਤਮੰਦ ਰਹੋ ਧੰਨਵਾਦ